ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਨਵੰਬਰ 21 ਨੂੰ ਪਠਾਨਕੋਟ ਦੇ ਵੱਖ ਵੱਖ ਜਗ੍ਹਾਵਾਂ 'ਤੇ ਜਿਹੜੀ ਹੈ ਗਨ ਪੁਆਇੰਟ 'ਤੇ ਜਿਹੜੀ ਹੈ ਸਨੈਚਿੰਗ ਕਰਨ ਦੀ ਇਨਫੋਰਮੇਸ਼ਨ ਆਈ ਸੀ, ਜਿਹਦੇ ਬਾਅਦ ਆਪਾਂ ਇੱਕ FIR ਪੁਲਿਸ ਸਟੇਸ਼ਨ ਸ਼ਾਪਰਕੰਡੀ ਦਰਜ ਕੀਤੀ ਸੀ, ਜਿਹਦੇ ਵਿੱਚ ਪੰਗੋਲੀ ਚੌਂਕ ਤੋਂ ਖੋਹ ਹੋਈ ਸੀ ਗਨ ਪੁਆਇੰਟ 'ਤੇ। ਬਾਕੀ ਜਿਹੜੀ ਦੂਸਰੀ FIR ਆ ਉਹ ਆਪਾਂ ਡਿਵੀਜ਼ਨ ਨੰਬਰ 2 'ਚ ਦਰਜ ਕੀਤੀ ਸੀ, 152 ਨੰਬਰ FIR ਅੰਡਰ ਸੈਕਸ਼ਨ 379B। ਇਹਦੇ ਵਿੱਚ ਇਸ ਤਰ੍ਹਾਂ ਸੀ ਕਿ ਵੀ ਚਾਰ ਨੌਜਵਾਨ ਬੰਦੇ ਇੱਕ ਸਕੂਟੀ 'ਤੇ ਅਤੇ ਇੱਕ ਮੋਟਰਸਾਈਕਲ 'ਤੇ, ਇਹ ਦੋ ਦੋ ਬੈਠੇ ਸੀ ਅਤੇ ਇਹਨਾਂ ਨੇ ਇਹ ਤਿੰਨ ਜਗ੍ਹਾ ਸ਼ਹਿਰ 'ਚ ਵਾਰਦਾਤ ਕੀਤੀ ਸੀ, ਇੱਕ ਪੰਗੋਲੀ ਚੌਂਕ 'ਚ ਅਤੇ ਦੋ ਵਾਰਦਾਤਾਂ ਸ਼ਹਿਰ 'ਚ, ਜਿੱਥੇ ਇਹ ਗਨ ਪੁਆਇੰਟ 'ਤੇ ਇਹਨਾਂ ਨੇ ਜਿਹੜੇ ਪੈਸੇ ਆ ਦੁਕਾਨ ਵਾਲਿਆਂ ਕੋਲੋਂ ਖੋਏ ਸੀ। ਉਹਦੇ ਬਾਅਦ ਮਾਨਯੋਗ SSP ਸਾਹਿਬ ਪਠਾਨਕੋਟ ਜੀ ਨੇ ਸਪੈਸ਼ਲ ਟੀਮਸ ਬਣਾਈਆਂ ਸੀ, ਜਿਹਦੇ ਵਿੱਚ ਉਹ ਟੀਮਸ ਲਗਾਤਾਰ ਇਹਨਾਂ ਦਾ ਮੂਵ ਪੈਟਰਨ, ਇਹਨਾਂ ਦੀ ਫੁਟੇਜਿਸ ਵਗੈਰਾ ਸਟੱਡੀ ਕਰ ਰਹੀ ਸੀ ਅਤੇ ਬਾਕੀ ਵੀ ਜਿਹੜੇ ਇਹਨਾਂ ਦੇ ਫਿਜ਼ੀਕਲ ਐਵੀਡੈਂਸ ਸੀ ਆਪਾਂ ਜਿਹੜੇ ਆ ਉਹ ਲਗਾਤਾਰ ਕਲੈਕਟ ਕਰ ਰਹੇ ਸੀ। ਉਸ ਦੋਸ਼ੀ ਦਾ ਨਾਮ ਹੈ ਆਕਾਸ਼ ਸਨ ਆਫ ਰਾਜਕੁਮਾਰ, ਉਹ ਰਹਿਣ ਵਾਲਾ ਰੇਲਵੇ ਕਲੋਨੀ ਪਠਾਨਕੋਟ ਦਾ। ਅਤੇ ਇਹ ਜਿਹੜਾ ਮੁੰਡਾ ਸੀ ਉਹ ਚਾਰ ਜਿਹੜੇ ਦੋਸ਼ੀ ਸੀ ਉਹਨਾਂ 'ਚੋਂ ਇੱਕ ਮੁੰਡਾ ਸੀ, ਅਤੇ ਇਹਨਾਂ ਨੇ ਜਿਹੜੀ ਹੈ ਬੜੀ ਹੀ ਚਲਾਕੀ ਨਾਲ ਇਹ ਵਾਰਦਾਤ ਪਲੈਨ ਕੀਤੀ ਸੀ। ਫਿਰ ਉਹਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਬਾਕੀ ਦੋਸ਼ੀ 3 ਹੈ ਉਹ ਬਟਾਲੇ ਦੇ ਰਹਿਣ ਵਾਲੇ ਹੈ, ਅਤੇ ਇਹਨਾਂ ਨੇ ਬੜੀ ਸੋਚੀ ਸਮਝੀ ਸਾਜਿਸ਼ ਦੇ ਨਾਲ ਜਿਹੜਾ ਇਹ ਵਾਰਦਾਤ ਲੁੱਟ ਖੋਹ ਦੀ ਅੰਜਾਮ ਦਿੱਤੀ ਸੀ ਅਤੇ ਗਨ ਪੁਆਇੰਟ 'ਤੇ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਪੈਸੇ ਖੋਏ ਸੀ। ਉਹਦੇ ਬਾਅਦ ਇਹਦੇ ਦੁਆਰਾ ਦਿੱਤੀ ਇਨਫੋਰਮੇਸ਼ਨ 'ਤੇ ਆਪਾਂ ਫਰਦਰ ਰੇਡਸ ਕੀਤੀਆਂ, ਅਤੇ ਇੱਥੋਂ ਫਿਰ ਆਪਾਂ ਆਪਣੀ ਸਪੈਸ਼ਲ ਟੀਮ ਅੰਡਰ SHO ਡਿਵੀਜ਼ਨ ਨੰਬਰ 2 ਭੇਜੀ ਸੀ ਦਿੱਲੀ। ਦਿੱਲੀ ਤੋਂ ਫਿਰ ਆਪਾਂ ਦੂਸਰਾ ਜਿਹੜਾ ਆਰੋਪੀ ਹੈ ਉਹ ਫੜਿਆ, ਉਹਦਾ ਨਾਮ ਹੈ ਗੁਰਸ਼ਰਨਜੀਤ ਸਿੰਘ ਇਲਿਆਸ ਲਵਲੀ ਪੁੱਤਰ ਬਲਵੰਤ ਸਿੰਘ, ਇਹ ਰਹਿਣ ਵਾਲਾ ਬਟਾਲੇ ਦਾ। ਇਸ ਪੂਰੀ ਵਾਰਦਾਤ 'ਚ ਜਿਹੜੀ ਇਸਤੇਮਾਲ ਹੋਈ ਸਕੂਟੀ ਵੀ ਆਪਾਂ ਰਿਕਵਰ ਕੀਤੀ ਹੈ, ਕੁਛ ਕੈਸ਼ ਵੀ ਰਿਕਵਰ ਕੀਤਾ, ਅਤੇ ਇਸ ਪੂਰੇ ਕੇਸ ਨੂੰ ਆਪਾਂ ਜਿਹੜਾ ਹੈ ਟਰੇਸ ਕਰ ਲਿਆ। ਜਿਹੜੇ ਬਾਕੀ ਬਚਦੇ ਦੋ ਦੋਸ਼ੀ ਹੈ ਉਹਨਾਂ ਦੇ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹ ਵੀ ਆਪਾਂ ਆਈਡੈਂਟੀਫਾਈ ਕਰ ਲਏ ਹੈ, ਉਹਦੇ ਉੱਪਰ ਆਪਾਂ ਕੰਮ ਕਰ ਰਹੇ ਹਾਂ, ਅਤੇ ਇਸ ਕੇਸ ਨੂੰ ਆਪਾਂ ਬੜੀ ਸਕਸੈਸਫੁਲੀ ਜਿਹੜਾ ਉਹ ਟਰੇਸ ਕੀਤਾ, ਅਤੇ ਇਹਦੇ 'ਚ ਸਾਰੇ ਮੁਲਾਜ਼ਮਾਂ ਨੇ ਜਿਹੜਾ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ।